ਯਾਰੇ ਭੈਣੋ ਭਰਾਓ ਆਪ ਸਭ ਨੂੰ ਪਿਆਰ ਭਰੀ ਜੈ ਮਸੀਹ ਦੀ ਮੈਂ ਕਹਿੰਦਾ ਹਾਂ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੋ ਆਸ਼ੀਸ਼ ਇਸ ਪਰਿਵਾਰ ਨੂੰ ਮਿਲੀ ਹੈ ਉਸ ਦੇ ਬਾਰੇ ਮੈਂ ਪ੍ਰਭੂ ਦੀ ਮਹਿਮਾ ਵਾਸਤੇ ਇੱਕ ਗਵਾਹੀ ਦੇਣਾ ਚਾਹੁੰਦਾ ਹਾਂ। ਭਾਈ ਗੁਰਬੇਜ ਹੈ ਜੋ ਲੋਂਗੋ ਦੇਵਾ ਪਿੰਡ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਹੈ ਔਰ ਉਹ ਭੈਣ ਰਜਨੀ ਹੈ ਜੋ ਇਹਨਾਂ ਦੀ ਪਤਨੀ ਹੈ। ਔਰ ਜਦੋਂ ਪ੍ਰਭੂ ਦੇ ਵਿੱਚ ਨਹੀਂ ਸੀ ਤਾਂ ਬੇਟਾ ਲੱਭਦਿਆਂ ਲੱਭਦਿਆਂ ਪੰਜ ਬੇਟੀਆਂ ਨੇ ਜਨਮ ਲਿਆ ਜਿਨ੍ਹਾਂ ਚੋਂ ਚਾਰ ਤੁਹਾਡੇ ਸਾਹਮਣੇ ਖੜੀਆਂ ਨੇ। ਇੱਕ ਬੇਟੀ ਰੱਬ ਕੋਲ ਚਲੀ ਗਈ। ਉਸ ਤੋਂ ਬਾਅਦ ਇਹਨਾਂ ਨੂੰ ਪ੍ਰਭੂ ਯਿਸੂ ਦੇ ਨਾਮ ਦੇ ਬਾਰੇ ਗਵਾਹੀ ਦੱਸੀ ਗਈ ਅਤੇ ਸਾਡੇ ਨਾਲ ਮੁਲਾਕਾਤ ਕਰਾਈ। ਇਹਨਾਂ ਦੇ ਹੀ ਪਿੰਡ ਦੇ ਵਿੱਚ ਇੱਕ ਹੋਰ ਭਰਾ ਹੈ ਵਰਿੰਦਰ, ਤਾਂ ਪ੍ਰਭੂ ਨੇ ਇਹਨਾਂ ਦੇ ਉੱਤੇ ਕਿਰਪਾ ਕੀਤੀ। ਜਦੋਂ ਇਹਨਾਂ ਨੇ ਆਪਣਾ ਦਰਦ ਸਾਨੂੰ ਦੱਸਿਆ ਤਾਂ ਅਸੀਂ ਪ੍ਰਭੂ ਦੇ ਨਾਮ 'ਚ ਪ੍ਰਾਰਥਨਾ ਕੀਤੀ ਔਰ ਪ੍ਰਭੂ ਨੂੰ ਕਿਹਾ ਕਿ ਅਸੀਂ ਬੇਟੀਆਂ ਲਈ ਵੀ ਪ੍ਰਭੂ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਹੁਣ ਬੇਟਾ ਵੀ ਦੇ ਦਿਓ। ਇੱਕ ਸੋਹਣਾ ਪਰਿਵਾਰ ਬਣ ਜਾਂਦਾ ਹੈ, ਰਲਿਆ ਮਿਲਿਆ ਪਰਿਵਾਰ। ਤਾਂ ਪੂਰੀ ਪ੍ਰਾਰਥਨਾ ਦਾ ਪ੍ਰਭੂ ਯਿਸੂ ਨੇ ਉੱਤਰ ਦਿੱਤਾ ਅਤੇ ਇਹ ਬੇਟਾ ਜਿਹੜਾ ਹੈ ਇਹਨਾਂ ਨੂੰ ਪਰਮੇਸ਼ਰ ਨੇ ਗਿਫਟ ਦਿੱਤਾ। ਇਸ ਲਈ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਦੀਆਂ ਦਾਤਾਂ ਲੱਭਦੇ ਨੇ ਤਾਂ ਉਹ ਵੀ ਯਿਸੂ ਮਸੀਹ ਦੇ ਕੋਲ ਆ ਜਾਣ। ਯਿਸੂ ਸੱਚਾ ਅਤੇ ਜਿਉਂਦਾ ਪਰਮੇਸ਼ਰ ਹੈ ਜਿਹੜਾ ਹਰ ਇਨਸਾਨ ਦੇ ਦਰਦ ਨੂੰ ਸਮਝਦਾ ਹੈ, ਜ਼ਰੂਰਤ ਨੂੰ ਸਮਝਦਾ ਹੈ ਅਤੇ ਉਹ ਸਾਨੂੰ ਖੁਸ਼ੀਆਂ ਦਿੰਦਾ ਹੈ। ਇਸੇ ਲਈ ਯਿਸੂ ਨੂੰ ਖੁਸ਼ੀਆਂ ਦਾ ਖਜ਼ਾਨਾ ਕਹਿੰਦੇ ਨੇ। ਹਰ ਤਰ੍ਹਾਂ ਦੀ ਆਸ਼ੀਸ਼ ਯਿਸੂ ਮਸੀਹ ਦੇ ਕੋਲ ਹੈ। ਸੋ ਜਿਹੜੇ ਵਿਸ਼ਵਾਸ ਕਰਦੇ ਨੇ ਉਹਨਾਂ ਲਈ ਸਭ ਕੁਝ ਤਿਆਰ ਹੈ ਪ੍ਰਭੂ ਦੇ ਘਰ ਵਿੱਚ। ਅਸੀਂ ਥੋੜ੍ਹਾ ਜਿਹਾ ਸ਼ਬਦ ਜਿਹੜਾ ਹੈ ਉਹ ਭਾਈ ਜਾਂ ਭੈਣ ਵਿੱਚੋਂ ਕੋਈ ਵੀ ਦੱਸੇ ਕਿ ਕਿਸ ਤਰ੍ਹਾਂ ਇਹਨਾਂ ਦੇ ਉੱਤੇ ਇੱਕ ਦੁੱਖ ਸੀ, ਇੱਕ ਦਰਦ ਸੀ ਔਰ ਇੱਕ ਸ਼ਰਾਪ ਜਿਹੜਾ ਪਿਆ ਸੀ। ਲੋਕ ਕਹਿੰਦੇ ਸੀ ਕਿ ਕੋਈ ਵੀ ਇਹਨਾਂ ਦੇ ਹੁਣ ਘਰ ਦੇ ਵਿੱਚ ਬੇਟਾ ਨਹੀਂ ਹੋਏਗਾ, ਬੇਟੀਆਂ ਹੀ ਬੇਟੀਆਂ। ਮੈਂ ਚਾਹੁੰਦਾ ਹਾਂ ਅਸੀਂ ਸਿਸਟਰ ਦੇ ਕੋਲੋਂ ਥੋੜ੍ਹਾ ਜਿਹਾ ਸੁਣਾਂਗੇ ਕਿਸ ਤਰ੍ਹਾਂ ਤੈਨੂੰ ਲੋਕ ਤਾਨੇ ਮੇਣੇ ਦਿੰਦੇ ਸੀ। ਹਾਂਜੀ ਲਾਗੇ ਲਾਗੇ ਆਵਾਜ਼ ਪ੍ਰਭੂ ਬਾਰੇ ਪਤਾ ਲੱਗਿਆ ਤੇ ਪ੍ਰਭੂ ਦੇ ਜਦੋਂ ਅਸੀਂ ਨੇੜੇ ਆਏ ਤੇ ਪ੍ਰਭੂ ਨੇ ਸਾਨੂੰ ਬੇਟਾ ਦਿੱਤਾ, ਬੇਟੇ ਦੀ ਆਸ ਦਿੱਤੀ। ਸਭ ਵੀ ਕਹਿੰਦੇ ਸੀ, ਰਿਸ਼ਤੇਦਾਰ ਵੀ ਕਹਿੰਦੇ ਸੀ ਬੇਟਾ ਨਹੀਂ ਹੋਣਾ ਇਹਨਾਂ ਦੇ, ਤੇ ਸਭ ਕਹਿੰਦੇ ਸੀ, ਸਾਰੇ ਘਰ ਦੇ ਪਰਿਵਾਰ ਸਭ ਵੀ ਕਹਿ ਦਿੱਤੇ ਸੀ ਕਿ ਬੇਟਾ ਨਹੀਂ ਹੋਣਾ। ਪ੍ਰਭੂ ਨੇ ਸਾਨੂੰ ਆਸੀਸ ਦਿੱਤੀ ਤੇ ਬੇਟੇ ਦੀ ਆਸੀਸ ਦਿੱਤੀ। ਜਦੋਂ ਬੇਟਾ ਹੋਇਆ ਤੇ ਸਭ ਦੇ ਮੂੰਹ ਪ੍ਰਭੂ ਨੇ ਬੰਦ ਕਰ ਦਿੱਤੇ ਤੇ ਸਭ ਹਾਲੇਲੂਯਾ ਹਾਲੇਲੂਯਾ ਸਭ ਨੂੰ ਜੈ ਮਸੀਹ ਦੀ ਆਮੀਨ।